ਤਾਲੀ ਕੱਢੀ, ਤਾਲੀ ਕੱਢੀ, ਤਾਲਾ ਤਾਲਾ, ਤਾਲਾ ਤਾਲਾ, ਤਾਲਾ ਤਾਲਾ। 30 ਰੁਪਏ ਦਾ 40 ਰੁਪਏ ਦਾ ਦਵਾਣਾ ਵਿਕ ਰਿਹਾ, 100-150 ਰੁਪਏ ਦਾ ਕਿਹੜਾ ਬੰਦਾ ਉੱਥੇ ਟੀਕਾ। ਡਾਕਟਰ ਕੋ ਫ੍ਰੀ ਦੂੰਗਾ। ਬਾਰਿਆਂ ਨੂੰ ਘਰ ਕਰ ਦਿੱਤਾ ਉਸ ਪਾਗਲ ਨੇ, ਜਿਹੜਾ ਡਾਕਟਰ ਨੇ ਕਿਹਾ ਟੀਕੇ ਲੱਗਦੇ ਨੇ। ਅਸਲਾਮ ਅਲੈਕੁਮ, ਮੈਂ ਹੂੰ ਜ਼ੁਬੈਰ ਅਵਾਨ, ਇਸ ਵਕਤ ਸਬਜ਼ੀ ਮੰਡੀ ਮੈਂ ਮੌਜੂਦ ਹੂੰ, ਜਹਾਂ ਪਰ ਤਰਬੂਜ ਕੀ ਬੋਲੀ ਲੱਗ ਰਹੀ ਹੈ। ਯਹਾਂ ਪਰ ਆਪਕੋ ਹਰ ਸਾਈਡ ਪਰ ਯਾ ਤੋ ਤਰਬੂਜ ਦਿਖਾਈ ਦੇਂਗੇ, ਯਾ ਫਿਰ ਖਰੀਦਦਾਰ ਦਿਖਾਈ ਦੇਂਗੇ, ਯਾ ਫਿਰ ਬੇਚਨੇ ਵਾਲੀ ਦਿਖਾਈ ਦੇਂਗੇ। ਮੇਰੇ ਸਾਥ ਇਸ ਸਾਈਡ ਪਰ ਯੇ ਜੋ ਸਾਹਿਬ ਖੜੇ ਹੈ, ਆਪਨੇ ਇਨਕੀ ਪਹਿਲੇ ਬਹੁਤ ਸਾਰੀ ਵੀਡੀਓ ਦੇਖੀ ਹੈ, ਆਪਕੋ ਪਹਿਲੇ ਇਨਕਾ ਟੈਲੈਂਟ ਦਿਖਾਤੇ ਹੈ, ਉਸਕੇ ਬਾਅਦ ਬਾਤ ਕਰਤੇ ਹੈ, ਜੋ ਅੱਜ ਕੱਲ ਵੀਡੀਓ ਸੋਸ਼ਲ ਮੀਡੀਆ ਕੇ ਉਪਰ ਚੱਲ ਰਹੀ ਹੈ ਕਿ ਤਰਬੂਜ ਕੋ ਟੀਕੇ ਲਗਾਏ ਜਾ ਰਹੇ ਹੈਂ, ਇਸਮੇ ਕਿੰਨੀ ਸਚਾਈ ਹੈ, ਇਸਕੇ ਵੀ ਜਵਾਬ ਇਨਹੀਂ ਸੇ ਲੇਂਗੇ। ਪਹਿਲੇ ਯੇ ਆਪ ਜ਼ਰਾ ਸੁਣੇ। ਸਾਰੀ ਗੱਡੀ, ਸਾਰੀ ਗੱਡੀ, ਦਾਲਾ ਦਾਲਾ, ਦਾਲਾ ਦਾਲਾ, ਦਾਲਾ ਦਾਲਾ, ਦਾਲਾ ਦਾਲਾ, ਦਾਲਾ ਦਾਲਾ, ਦਾਲਾ ਦਾਲਾ। ਐ ਮਾਤ, ਐ ਮਾਤ, ਐ ਮਾਤ। ਬੱਕਰੇ, 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 ਛੱਤਰੇ। ਐ ਮਾਤ। ਹਾਂਜੀ ਬਾਊ ਜੀ, ਇੱਧਰ ਤੁਹਾਡਾ ਉਦਨ ਦਾ ਪਤਾ ਲੱਗਿਆ, ਤੁਸੀਂ ਟੀਕਿਆਂ ਦਾ ਬੜਾ ਇਲਜ਼ਾਮ ਲਾ ਰਹੇ ਸਰ। ਉਹ ਅਸੀਂ ਨਹੀਂ ਇਲਜ਼ਾਮ ਲਾ ਰਹੇ, ਇੱਕ ਸਾਹਿਬ ਨੇ ਗੱਲ ਕੀਤੀ ਹੈ ਕਿ ਇੰਜੈਕਸ਼ਨ ਲਾਏ ਜਾ ਰਹੇ ਨੇ ਤਰਬੂਜ਼ ਨੂੰ, ਕਿੰਨੀ ਸੱਚਾਈ ਹੈ, ਕਿੰਨੀ ਹਕੀਕਤ ਹੈ? ਹਕੀਕਤ ਇਹੋ ਹੀ ਹੈ ਲਾਲਾ ਜੀ, ਵੀ ਕੋਈ ਟੀਕਾ ਸ਼ੀਕਾ ਨਹੀਂ ਲੱਗ ਰਿਹਾ, 30 ਰੁਪਏ ਦਾ 40 ਰੁਪਏ ਦਾ ਦਵਾਣਾ ਵਿਕ ਰਿਹਾ, 100-150 ਰੁਪਏ ਦਾ ਕਿਹੜਾ ਬੰਦਾ ਉੱਥੇ ਟੀਕਾ ਲਾਏਗਾ, ਕਰੋੜਾਂ ਰੁਪਇਆ ਦਵਾਣੇ ਪਏ ਨੇ, ਕਰੋੜਾਂ ਬੰਦਾ ਦਵਾਣਿਆਂ ਨੂੰ ਟੀਕੇ ਲਾਏਗਾ, ਕੌਣ ਟੀਕੇ ਲਾਉਂਦਾ ਜੀ? ਇਹ ਕਿਸਨ ਸਾਰੇ ਬਿਮਾਰੀਆਂ ਨੂੰ ਘਰ ਕਰ ਦਿੱਤਾ ਉਸ ਪਾਗਲ ਨੇ, ਜਿਹੜਾ ਡਾਕਟਰ ਨੇ ਕਿਹਾ ਟੀਕੇ ਲੱਗਦੇ ਨੇ। ਡਾਕਟਰ ਆ ਪਾਗਲ ਕਹਿ ਰਹੇ ਆ ਉਸਕੋ, ਉਹ ਅਲੱਗ ਕੇ ਬੰਦੇ, ਉਸ ਨੇ ਬੋਲਾ ਟੀਕੇ ਲੱਗ ਰਹੇ ਹੈ। ਬਿਮਾਰੀ ਦੇਖੋ, ਬਿਮਾਰੀਆਂ ਦੇ ਬੇੜੇ ਗਰਕ ਹੋ ਗਏ ਨੇ, ਉਸ ਨੇ ਬੋਲਾ ਟੀਕੇ ਲਗਾ ਲਗਾ ਕੇ। ਗਰਮੀ ਕੀ ਵਜ੍ਹਾ ਸੇ ਜ਼ਿਆਦਾ ਰੰਗ ਗਹਿਰਾ ਹੋ ਰਹਾ ਹੈ, ਉਹ ਕਹਿ ਰਹੇ ਟੀਕੇ ਲਗਾ ਰਹੇ ਹੈ, ਇਹ ਤੋਂ ਓਵਰ ਹੋ ਰਹਾ ਹੈ, ਇਹ ਖਰੀਦਣੇ ਵਾਲੇ ਕਹਿ ਰਹੇ ਹੈ, ਇਹ ਓਵਰ ਹੋ ਰਹਾ ਹੈ। ਧੂਪ ਸੇ ਬਲਕ ਰਹੇ ਨੇ, ਉਧਰ ਬਲਕ ਰਹੇ ਨੇ, ਗਰਮੀ ਸੇ ਬਲਕ ਰਹੇ ਨੇ, ਆਪ ਟੀਕੇ ਲਗਾ ਰਹੇ ਹੈ, ਓਵਰ ਹੋ ਰਹਾ ਹੈ, ਮਾਲ ਤੋਂ ਓਵਰ ਹੋ ਰਹੇ ਹੈ ਨਾ, ਜ਼ਿਆਦਾ ਪੱਕ ਰਹੇ। ਉਸ ਨੇ ਇਹ ਬਾਤ ਕਿਉਂ ਕੀ ਹੈ? ਉਸ ਨੇ ਕਿਹਾ ਮੈਨੇ ਇਹ ਬਾਤ ਕਰਨੀ ਹੈ ਟਿਕਟੋਕ ਕੇ ਲੀਏ, ਲਾਈਕ ਕੇ ਲੀਏ, ਠੀਕ ਹੈ। ਉਸ ਨੇ ਸਾਰਾ ਬੇੜਾ ਕਰ ਕਰ ਦੀਏ ਪਿੱਛੇ ਬਿਮਾਰੀਓ ਕਾ, ਇਸ ਨੇ ਬੋਲੇ ਟੀਕੇ ਲਗਾ ਲਗਾ ਕੇ, ਟੀਕੇ ਨਹੀਂ ਲਗਤੇ ਇਸ ਨੇ, ਇਸ ਨੇ ਜੋ ਹੈ ਨਾ, ਵਾਟਰਮੈਲਨ, ਵਾਟਰਮੈਲਨ ਜਾਨਾ ਹੋ, ਪਾਣੀ ਦਾ ਗੜਾ, ਇਸ ਮੇਂ ਤੋ ਪਾਣੀ ਪਹਿਲੇ ਸੇ ਮੌਜੂਦ ਹੈ, ਇਹ ਬੰਦ ਹੈ, ਇਸਕੋ ਦੇਤੇ, ਜਾਗ ਨਿਕਲਣੀ ਸ਼ੁਰੂ ਹੋ ਜਾਏ, ਸਮਝ ਆ ਗਈ ਹੈ, ਇਹ ਸਾਫ ਜਾਣਾ ਕਿਸੇ ਟੀਕੇ ਲਗੇਗਾ ਇਸਕੋ। ਉਸ ਨੇ ਟਿਸ਼ੂ ਪੇਪਰ ਦਿਖਾਇਆ, ਆਪ ਕੀ ਗਾਰੰਟੀ ਦੇਤੇ ਹੈ, ਜਾਂ ਕਿਸ ਤਰ੍ਹਾਂ ਬਤਾ ਚਿੱਟਾ ਕਪੜਾ ਹੈ ਕੋਈ? ਮੇਰੇ ਪਾਸ ਨਹੀਂ ਹੈ ਕੋਈ ਚਿੱਟਾ ਕਪੜਾ, ਦਿਖਾਓ, ਮੈਂ ਆਪਕੋ ਦਿਖਾਤਾ ਹੂੰ। ਨਾਜ਼ਰੀਨ, ਕੋਈ ਹੈ ਚਿੱਟਾ ਕਪੜਾ, ਇਹ ਕਾਗਜ਼ ਲੈ ਲੇਤੇ ਹੈਂ, ਕਾਗਜ਼ ਦੇ ਦੋ। ਨਹੀਂ ਨਹੀਂ, ਇਹ ਆਪਕੋ ਤਜਰਬਾ ਕਰਕੇ ਦਿਖਾਣੇ ਲਗੇ ਹੈ, ਇਹ ਅਬ ਆਪਕੋ ਬਤਾਏਂਗੇ ਕਿ ਕਿਆ ਟੀਕਾ ਲਗਾ ਹੋਗਾ ਜਾਂ ਨਹੀਂ ਲਗਾ ਹੋਗਾ। ਜਬ ਉਹ ਵੈਸੇ ਹੀ ਲਾਲ ਹੋਤਾ ਹੈ, ਫਿਰ ਇਸਕੋ ਹਲਕਾ ਸਾ ਟੱਕ ਲੱਗ ਜਾਏ ਤੋ ਇਹ ਖਰਾਬ ਹੋ ਜਾਤਾ ਹੈ, ਜਾਂ ਫਿਰ ਇਸਕੇ ਅੰਦਰ ਸੇ ਬੁਲਬਲੇ ਨਿਕਲੇ ਸ਼ੁਰੂ ਹੋ ਜਾਤੇ ਹੈਂ। ਰੰਗ, 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 ਇਹ ਕਮਾਲ ਟੀਕੇ ਦਾ ਨਹੀਂ ਹੈਗਾ, ਟੀਕੇ ਵਾਲੇ ਨਿਕਲ ਗਿਆ, ਇਹ ਕਮਾਲ ਅੱਲਾ ਦੇ, ਰੰਗ, 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 ਅੱਛਾ, 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 ਅੱਛਾ। ਕਿਬਲਾ ਯਾਰਾ ਗੌਰ ਫਰਮਾਈਏ, ਮੈਂ ਇੱਕ ਸ਼ੇਰ ਸੁਣਾਤਾ ਹੂੰ, ਯਾਰਾ ਗੌਰ ਸੇ ਸੁਣਨਾ, ਕਿਬਲਾ ਗੌਰ ਫਰਮਾਈਏ, ਮੈਂ ਇੱਕ ਸ਼ੇਰ ਸੁਣਾਤਾ ਹੂੰ,
ये रख दौर से सुनना, जाओ मैं नहीं सुनाता किसी और से सुनना। ऐमान 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 सारी गड्डी सारी गड्डी डाला 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 माले 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 वाला जो होता है ना रंग वाला, उसको और पता लगता है। ठीक है, ये रंग से बेकार है, ये अल्लाह के कमाल है सारा ना। ये रंग इधर क्यों नहीं आया, इधर क्यों नहीं रंग आया, इधर ही है, इधर क्यों नहीं आया रंग होता तो। ये हमारा बुपारी है, ये हमारा बुपारी है, कसम ये इसका 10-15 गाड़ी लोअर मंडी भी आता है कल्ले का, अभी 4-5 आ रहे। क्यों कह रहे यार, ये सारे तुम लोग रंग लगाते हो, टीके लगाते हो, टीके होता, ठीक है, टीके वाला काम ही नहीं है, ये हमारा बुपारी है, टीके वाला काम इधर नहीं है, ये असल माल है असल। ये नाजरीन कुछ खरीदार भी साइड पर मौजूद है, इनसे भी बात करते हैं और इनसे जानते हैं भजन टीकियां ले तुसी दिवाने लेंदे हो। नहीं सर, टीकियां ले नहीं, टीका लग जांदा तो ना नरम हो जांदा है, नाले ओदा पानी निकलता रहंदा है, टीके वाला कोई चक्कर नहीं है, जिन्ने भी बोलिया झूठ बोलिया है। ये जो सोशल मीडिया के ऊपर कैंपेन चली है, उसके बाद भी यहाँ मंडी में धड़ाधड़ तरबूज सेल हो रहे हैं, धड़ाधड़ आपको हर साइड पर ये लाले लाले की आवाजें आ रही होंगी, तो ये आप लोगों का रश देखें, इनका कहना है इसमें अगर आप सुई लगाएंगे, सुई में तो इसकी जेल तो सुई के अंदर वो सुई बंद हो जाएगी, पानी अंदर कैसे जाएगा, कोई इंजेक्शन लगाए ना इधर, मुझे इसके अंदर पानी अंदर डाल कर दिखाए। डॉक्टर साहब इधर आ जाएं, आपको चैलेंज करें तो आप तैयार है? तैयार है, उसके साथ जाएगा भाई, उसके साथ जिधर जाके भी साबित कराएंगे। गलत साबित हो गया ना, इसको खंभे पे टांगेंगे। डॉक्टर साहब इन्होंने बड़ी बात कर दी है कि आप यहाँ पर आ जाएं, चैलेंज करते हैं, अगर ये गलत हुए तो इनको सजा मिलनी चाहिए, अगर गलत साबित हुए तो मैं 5 गाड़ियां डॉक्टर को फ्री दूंगा, अगर डॉक्टर गलत हुआ तो खंभे पे ना टांगू तो मेरा नाम भी। 5 गाड़ियां फ्री देंगे अगर ये गलत साबित हुए तो। ये आप देखें यहाँ पे कितना रश लगा हुआ है, तो मिलते हैं किसी और वीडियो में, अल्लाह हाफिज़।